बिस्मिल्लाहिर्रहमानिर्रहीम, अस्सलामुअलैकम। तुसीं वेखदे हो मेरा यूट्यूब चैनल पिंड पंजाब दे पाकिस्तान। अज एक बहुत नयाब तो बड़ा कमाल दा मंजर लैके आया। शाम दा टाइम आ, गर्मी बहुत हुंदी आ ते 6:30 होए आ। असीं बोल्द जोड़े पुठे पुठे बीजने सीगे ते छट्टा ही मारिया ना भाजी, ये छट्टा ही मार दिता। असी छट्टा मारिया चरी का, हुण हल चलाउण दे आ पैली च। हल तो बाद सुहागा मारना वा। बॉल दे एक होर लैण गए आ, उहदी भी ट्राई ट्रुई मारनी इत्थे भी, उह किदां दा चलदा हल ते किदां चलूगा ते बई हल ते चस कराऊगा नहीं कराऊगा किदां दा। मतलब तुहानू पता भी जिमीदार भरावां ने हर शै नूं चैक करना हुंदा, ਨਾਲੇ ਇੱਕ ਅਰਸਾ ਉਹਨੂੰ ਵਿਹਲਾ ਛੱਡ ਰੱਖਿਆ। ਉਹ ਖੁਰਲੀ ਤਾਂ ਥੋੜ੍ਹਾ ਜਿਹਾ ਤੰਗ ਕਰਦਾ ਸੀ, ਉਹਨੂੰ ਵਿਹਲਾ ਛੱਡਿਆ। ਨਿਆਣੇ ਭੇਜੇ ਆ ਲੈਣ ਵਾਸਤੇ, ਜਿੱਦਾਂ ਹੀ ਉਹ ਆ ਜਾਂਦਾ ਵਾ ਫਿਰ ਇਸ ਜੋੜੀ 'ਚੋਂ ਇੱਕ ਬੋਲਦ ਕੱਢਣਾ ਵਾ ਅਤੇ ਹਲ 'ਤੇ ਦਾਂਗੇ ਫਿਰ ਉਹਨੂੰ। ਬਾਕੀ ਮੈਂ ਇਹ ਚੈਨਲ, ਮੇਰਾ ਇੱਕ ਸ਼ੌਕੀਆ ਚੈਨਲ ਆ, ਮੈਂ ਆਪਣੇ ਸ਼ੌਕ ਵਾਸਤੇ ਇਹ ਚੈਨਲ ਬਣਾਇਆ ਅਤੇ ਚੈਨਲ ਬਣਾਇਆ ਪੰਜਾਬ ਪਾਕਿਸਤਾਨ ਦੇ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਨ ਲਈ। ਕਿਉਂਕਿ ਦੌਰਾ ਸਾਰਾ ਮਸ਼ੀਨਰੀ ਦਾ, ਮਸ਼ੀਨਰੀ ਇੱਦਾਂ ਦੇ ਖੂਬਸੂਰਤ ਨਯਾਬ ਕਮਾਲ ਦੇ ਮੰਦਰ ਜਿਹੜੇ ਹਰ ਜਗ੍ਹਾ 'ਤੇ ਦੇਖਣ ਨੂੰ ਮਿਲਦੇ ਸੀ ਉਹ ਖਾ ਗਈ। ਅਤੇ ਜੇ ਤੁਸੀਂ ਇੱਦਾਂ ਦੇ ਖੂਬਸੂਰਤ, ਇੱਦਾਂ ਦੇ ਸੋਹਣੇ ਸੋਹਣੇ ਮਾਹੌਲ ਪੰਜਾਬ ਪਾਕਿਸਤਾਨ ਦੇ ਦੇਖਣਾ ਪਸੰਦ ਕਰਦੇ ਹਾਂ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਮੇਰੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਕਿਉਂਕਿ ਮੈਂ ਨਿੱਤ ਆਏ ਰੋਜ਼ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰਨੀ ਹੁੰਦੀ ਆ, ਨਵੇਂ ਤੋਂ ਨਵੇਂ ਇਲਾਕੇ ਤੋਂ, ਅਤੇ ਕੋਸ਼ਿਸ਼ ਹੁੰਦੀ ਆ ਭਰਾਵਾਂ ਦੇ ਵਾਸਤੇ ਜਾਨਵਰ ਵੀ ਸੋਹਣੇ ਤੋਂ ਸੋਹਣਾ ਲੈ ਕੇ ਆਵਾਂ। ਉਹਦੀ ਵਜ੍ਹਾ ਇਹ ਆ ਵੀ ਹੁਣ ਇਸ ਦੌਰ ਦੇ ਵਿੱਚ ਜ਼ਿਮੀਦਾਰ ਭਰਾ ਦੇ ਕੋਲ ਕੋਈ ਸੋਹਣੀ ਜੋਗ ਦੇਖਣ ਨੂੰ ਮਿਲ ਜਾਣਾ ਇਹ ਬਹੁਤ ਕਮਾਲ ਦੀ ਗੱਲ ਆ। ਇੱਕ ਟਾਈਮ ਸੀ, ਇੱਕ ਵੇਲਾ ਸੀ, ਉਦੋਂ ਹਰ ਘਰ ਹੀ ਜੋਗ ਹੁੰਦੀ ਸੀਗੀ, ਟਰੈਕਟਰ ਦਾ ਦੌਰਾ ਨਹੀਂ ਸੀਗਾ। ਬਹਰਹਾਲ ਇਸ ਟਾਈਮ ਦੌਰਾ ਹੈਗਾ ਸਾਰਾ ਟਰੈਕਟਰ ਦਾ ਅਤੇ ਬੋਲਦਾਂ ਵਾਲਾ ਮੰਦਰ ਦੇਖਣ ਨੂੰ ਕਿਤੇ ਲੱਭ ਜਾਣਾ ਬਹੁਤ ਹੀ ਕਮਾਲ ਦੀ ਗੱਲ ਹੁੰਦੀ ਆ। ਹੁਣ ਮੈਂ ਇੱਥੋਂ ਥੋੜ੍ਹਾ ਜਿਹਾ ਕੈਮਰਾ ਪੁੱਟ ਦੇਣ ਲੱਗਾ, ਦੂਸਰੇ ਬੋਲਦ 'ਤੇ ਲਾਉਣ ਲੱਗਾ ਜਿਹੜਾ ਚਿੱਟਾ ਲੈ ਕੇ ਆਉਣ ਦਾ ਆ। ਉਹ ਦੇਖੋ ਉਹ ਚਿੱਟੇ ਬੋਲਦ ਨੂੰ ਹੁਣ ਹਲ ਥੱਲੇ ਦੇਣਾ ਵਾ, ਉਹਨੂੰ ਜੋੜਨਾ। ਉਹ ਦੂਰੋਂ ਹੀ ਦੇਖਦਿਆਂ ਹੁਣ ਬੁੜਕਾਂ ਬੁੜਕਾਂ ਮਾਰੀ ਜਾਂਦਾ, ਬਹੁਤ ਅਰਸਾ ਵਿਹਲਾ ਰਿਹਾ ਉਹ ਅਤੇ ਖੁਰਲੀ ਤਾਂ ਦੂਸਰੇ ਜਾਨਵਰਾਂ ਨੂੰ ਤੰਗ ਕਰਦਾ ਸੀਗਾ, ਹੁਣ ਉਹਨੂੰ ਦੇਣਾ ਹਲ ਦੇ ਥੱਲੇ। ਆਹ ਦੇਖੋ ਬੁੜਕਦਾ ਆ ਨਾ, ਇਹਦੀਆਂ ਬੜਕਾਂ ਚੈੱਕ ਕਰ ਲੈਂਦੇ ਹਾਂ ਵੀ ਹੁਣ ਕੀ ਕਰਦੀਆਂ, ਇੱਥੇ ਆ ਕੇ ਬੜਕਾ ਮਾਰਦਾ ਜਾਂ ਸੌ ਜਾਂਦਾ। ਲਓ ਭਾਜੀ ਹੁਣ ਬੋਲਦ ਤੀਸਰਾ ਆ ਗਿਆ, ਚੀਨਾ ਛੱਡ ਦਿੱਤਾ। ਆਹ ਤੁਸੀਂ ਦੇਖ ਸਕਦੇ ਹੋ ਵੀ ਚੀਨਾ ਹੁਣ ਨਿੱਕਾ ਭਰਾ ਲੈ ਕੇ ਚੱਲਾ ਦੂਸਰੀ ਸਾਈਡ 'ਤੇ। ਹੁਣ ਇਸ ਚਿੱਟੇ ਦੀ ਵਾਰੀ ਆ ਗਈ ਆ। ਇਹ ਬੱਗਾ ਭਾਜੀ ਦੱਸਦੇ ਆ, ਭਾਜੀ ਦਾ ਕਹਿਣਾ ਵੀ ਖੁਰਲੀ ਤਾਂ ਤੰਗ ਕਰਦਾ ਸੀ ਦੂਸਰੇ ਜਾਨਵਰਾਂ ਨੂੰ, ਇਹਨੂੰ ਤਾਂ ਦੇਣ ਲੱਗੇ ਆ ਥੱਲੇ ਅੱਜ ਹਲ ਦੇ। ਹੁਣ ਇਹਦੀ ਵਾਰੀ ਆਉਣ ਲੱਗੀ ਆ ਜੀ, ਆ ਗਿਆ।
ਚੱਲ ਬਈ ਚੱਲ 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 ਲਓ ਭਾਜੀ ਹੁਣ ਚਿੱਟਾ ਦੇ ਥਾ ਪਜਾਲੀ ਦੇ ਥੱਲੇ ਲਓ ਜੀ ਚਿੱਟਾ ਜੋੜ ਹੋ ਗਿਆ ਹੁਣ ਹੁਣ ਇਹਦੇ ਨਾਲ ਫੇਰੇ ਲਾਉਣੇ ਆ ਹੁਣ ਇਹਦੇ ਨਾਲ ਫੇਰੇ ਲੱਗਣਗੇ ਅਤੇ ਦੇਖਦੇ ਹਾਂ ਵੀ ਇਹ ਹੁਣ ਕੀ ਕਰਦਾ ਉੱਥੇ ਤਾਂ ਬਹੁਤ ਡਰਾਮੇ ਕਰਦਾ ਸੀ ਬੜੀ ਘਾਟ ਵਾਧ ਕਰਦਾ ਸੀ ਹੁਣ ਦੇਖਦੇ ਹਾਂ ਵੀ ਕੀ ਕਰਦਾ ਇਹ ਲਓ ਜੀ ਹੁਣ ਹੁਣ ਜੋੜੀ ਹੋ ਗਈ ਆ ਨਵੀਂ ਅਤੇ ਜਦੋਂ ਜੋੜੀ ਨਵੀਂ ਹੋ ਜਾਂਦੀ ਹੈ ਉਦੋਂ ਤੁਹਾਨੂੰ ਪਤਾ ਰਲ ਕੇ ਵੀ ਇਹ ਤੁਰਦੇ ਥੋੜ੍ਹਾ ਜਿਹਾ ਔਖਾ ਹੁੰਦੇ ਆ ਅਤੇ ਸ਼ਾਮ ਦਾ ਟਾਈਮ ਆ ਦਿਨ ਲੱਥ ਗਿਆ ਦਿਨ ਲੱਥਣ ਤੋਂ ਬਾਅਦ ਹੀ ਹਲ ਚੱਲਣ ਦਿਆ ਕਿਉਂਕਿ ਗਰਮੀ ਹੁੰਦੀ ਆ ਬਹੁਤ ਫਿਰ ਗਰਮੀ ਦਾ ਕਰਕੇ ਜਿਹੜਾ ਸਿਸਟਮ ਆ ਤੁਹਾਨੂੰ ਪਤਾ ਵੀ ਔਖਾ ਹੁੰਦਾ ਹਲ ਚਲਾਉਣ ਵਾਲਾ ਇਸ ਕਰਕੇ ਹੀ ਜ਼ਿਮੀਂਦਾਰ ਭਰਾ ਦੀ ਕੋਸ਼ਿਸ਼ ਹੁੰਦੀ ਆ ਵੀ ਲੇਟ ਹੀ ਜੋੜਿਆ ਜਾਵੇ ਠੰਡੇ ਹੋਏ ਜਿਹਨੂੰ ਅਸੀਂ ਠੰਡਾ ਕਹਿੰਦੇ ਹਾਂ ਜੋੜੀ ਨਵੀਂ ਆ ਤਾਂ ਕਰਕੇ ਨਾ ਤੰਗ ਕਰਦੇ ਆ ਹੁਣ ਅਤੇ ਬਰਲ ਵਾਹੁਣੀ ਪੈਣੀ ਆ ਪੈਲੀ ਇਹਨਾਂ ਦੇ ਨਾਲ ਹੀ ਵਾਹੁਣੀ ਆ ਆ ਦੇਖੋ ਤੁਸੀਂ ਹੁਣ ਜਦੋਂ ਹਲ ਜਾਣਾ ਤਾਂ ਤੀਸਰਾ ਵੀ ਉਹ ਖਲੋਤਾ ਸਾਈਡ 'ਤੇ ਉਹ ਸ਼ੁਕਰ ਮਨਾਉਂਦਾ ਵੀ ਮੇਰੀ ਜਾਨ ਛੁੱਟ ਗਈ ਪੰਜਾਬ ਪਾਕਿਸਤਾਨ ਦੇ ਜੇ ਇੱਦਾਂ ਦੇ ਸੋਹਣੇ ਸੋਹਣੇ ਖੂਬਸੂਰਤ ਨਯਾਬ ਮੰਦਰ ਤੁਸੀਂ ਦੇਖਣਾ ਪਸੰਦ ਕਰਦੇ ਹਾਂ ਤਾਂ ਫਿਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਮੇਰੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਉਂਕਿ ਮੈਂ ਅਕਸਰ ਪੰਜਾਬ ਪਾਕਿਸਤਾਨ ਦੇ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਨ 'ਤੇ ਵੀਡੀਓ ਅਪਲੋਡ ਕਰਦਾ ਰਹਿੰਦਾ ਇਹ ਬੱਗੇ 'ਤੇ ਕੈਮਰਾ ਜ਼ਿਆਦਾ ਤਾਂ ਰੱਖਿਆ ਵਾ ਬਈ ਜਿਹੜਾ ਬੱਗਾ ਬੋਲ ਦਾ ਇਹ ਜੋੜਿਆ ਨਵਾਂ ਬੱਗਾ ਜੋੜਿਆ ਨਵਾਂ ਚਿੱਟਾ ਜਿਹੜਾ ਸੀਗਾ ਇਹ ਚਿੱਟਾ ਜਿਹੜਾ ਜੋੜਿਆ ਇਹ ਨਵਾਂ ਬਾਕੀ ਬੱਲੇ ਮੱਥੇ ਵਾਲਾ ਤਾਂ ਪਹਿਲਾਂ ਪੁਰਾਣਾ ਹੀ ਆ ਦੇਖੋ ਵੀ ਹੁਣ ਹੱਟ ਪੈਰ ਹੱਟ ਹੱਟ ਥੱਲੇ ਆ ਜਾ ਉੱਤੇ ਹੋ ਜਾ ਇੱਦਾਂ ਦੀਆਂ ਸੋਹਣੀਆਂ ਸੋਹਣੀਆਂ ਮਿੱਠੀਆਂ ਕਮਾਲ ਦੀਆਂ ਅਤੇ ਨਯਾਬ ਦੀਆਂ ਆਵਾਜ਼ਾਂ ਪੰਜਾਬ ਪਾਕਿਸਤਾਨ ਦੀਆਂ ਪੈਲੀਆਂ ਦੇ ਵਿੱਚ ਸੁਣਨੇ ਨੂੰ ਹੁਣ ਬਹੁਤ ਘੱਟ ਮਿਲਦੀਆਂ ਮਸ਼ੀਨਰੀ ਨੇ ਇਹੋ ਜਿਹੀਆਂ ਆਵਾਜ਼ਾਂ ਸਾਡੀਆਂ ਪੈਲੀਆਂ 'ਚੋਂ ਮੁਕਾ ਦਿੱਤੀਆਂ ਅਤੇ ਕਦੀ ਆਮ ਸੁਣਨੇ ਨੂੰ ਇਹ ਮਿਲਦੀਆਂ ਹੁੰਦੀਆਂ ਸੀਗੀਆਂ ਬਹਰਹਾਲ ਹੁਣ ਇੱਦਾਂ ਦੇ ਮੰਜ਼ਰ ਦੇਖਣ ਨੂੰ ਘੱਟ ਹੀ ਲੱਭਦੇ ਆ ਅਤੇ ਆਪਣਾ ਸਾਰਾ ਚੈਨਲ ਇਹੋ ਜਿਹੇ ਮੰਜ਼ਰ 'ਤੇ ਹੀ ਆ ਕਿਉਂਕਿ ਚੈਨਲ ਆਪਣਾ ਹੈਗਾ ਪੰਜਾਬ ਦੇ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਮੈਂ ਅਕਸਰ ਵੀਡੀਓ ਅਪਲੋਡ ਕਰਦਾ ਰਹਿੰਦਾ ਪੰਜਾਬ ਪਾਕਿਸਤਾਨ ਦੇ ਪੁਰਾਣੇ ਮੰਜ਼ਰ 'ਤੇ ਵੀਡੀਓ ਕਿੱਦਾਂ ਲੱਗੀ ਆ ਮੰਜ਼ਰ ਕਿੱਦਾਂ ਲੱਗਿਆ ਇਹ ਮੇਰੇ ਭਰਾ ਦੱਸਣਗੇ ਹੁਣ ਸਿੱਧਾ ਹੋ ਕੇ ਤੁਰ ਪਿਆ ਬੱਗਾ ਵੀ ਸਿੱਧਾ ਹੋ ਕੇ ਤੁਰ ਪਿਆ ਹੁਣ ਬਣ ਗਈ ਆ ਥੋੜ੍ਹੀ ਜਿਹੀ ਨਾਲ ਦੇ ਬੋਲਦੇ ਦੇ ਨਾਲ ਵੀ ਇਹਦੀ ਪਹਿਲੇ ਅੜਫਸ ਕਰਦਾ ਸੀਗਾ ਜਦੋਂ ਟਰਾਈ ਚੈਕਿੰਗ ਹੁੰਦੀ ਆ ਤੁਹਾਨੂੰ ਪਤਾ ਜਾਨਵਰ ਵੀ ਇੱਕ ਦੂਸਰੇ ਨਾਲ ਖੈ ਮਖੈ ਕਰਦੇ ਆ ਜਿੱਦਾਂ ਬੰਦਾ ਕਿਤੇ ਨਵੀਂ ਜਗ੍ਹਾ 'ਤੇ ਜਾਵੇ ਤਾਂ ਬੰਦਿਆਂ ਦੀ ਹੁੰਦੀ ਆ ਜਾਨਵਰਾਂ ਦੀ ਵੀ ਆਪਸ 'ਚ ਨਹੀਂ ਬਣਦੀ ਹੁੰਦੀ
ਵੀਡੀਓ ਕਿੱਦਾਂ ਲੱਗੀ, ਮੰਦਰ ਕਿੱਦਾਂ ਲੱਗਿਆ, ਮਾਹੌਲ ਕਿੱਦਾਂ ਲੱਗਿਆ, ਇਹ ਭਰਾਵਾਂ ਨੇ ਮੈਨੂੰ ਦੱਸਣਾ। ਕਿਉਂਕਿ ਆਪਾਂ ਅਕਸਰ ਇੱਦਾਂ ਦੇ ਮੰਦਰਾਂ 'ਤੇ ਵੀਡੀਓ ਲਾਉਂਦੇ ਰਹੀਦਾ ਵਾ। ਹੁਣ ਮੈਨੂੰ ਦਿਓ ਤੁਸੀਂ ਇਜਾਜ਼ਤ ਅਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਉਦੋਂ ਤਾਈਂ ਰੱਬ ਰੱਖਾ।